ਹਾਂਜੀ, ਕੀ ਹਾਲ ਚਾਲ ਹੈ ਸਾਰਿਆਂ ਦਾ? ਸਵਾਗਤ ਹੈ ਝੱਟੋ ਬਲੌਗ ਦੇ ਵਿੱਚ। ਅਤੇ ਅੱਜ ਆਏ ਸੀਗੇ ਦੂਸਰੇ ਚਾਚੇ ਚੱਕਣ, ਹੈ ਨਾ। ਕਈ ਦਿਨਾਂ ਦੇ ਰੋਕਿਆ ਸੀ ਵਿਚਾਰੇ ਨੂੰ ਮੈਂ, ਅਤੇ ਮੈਂ ਇੱਧਰ ਮੋਹਰੇ ਮੋਹਰੇ ਗੇੜਾ ਲਵਾਤਾ ਬਾਹਰਲਾ, ਅਤੇ ਬਾਕੀ ਫਿਰ ਮੈਂ ਕਿਹਾ ਪਹਿਲੀ ਟਰਾਲੀ ਲਾਈ ਹਾਲੇ ਲਿਆ ਕੇ, ਥੋੜ੍ਹਾ ਹੁਣ ਮੌਸਮ ਠੰਡਾ ਨਾ ਕਰਕੇ 9 ਵਜੇ ਚਲਾਈ ਦੀ ਹੈ ਜਾ ਕੇ, ਅਤੇ ਲੱਗਿਆ ਹੋਇਆ ਡਰਾਈਵਰ ਆਪਣਾ ਨਾਲ ਚਲਾਉਣ, ਅਤੇ ਮੈਂ ਚੱਲ ਬਣਾਓ ਚੱਕੋ ਚੱਕੋ ਜਿੰਨੀ ਚੱਕ ਹੁੰਦੀ ਆ ਦੇਖਦੇ ਹਾਂ। ਹੁਣ ਲੰਘਾ ਉੱਧਰਲੇ ਸਿਰੇ ਥੋੜ੍ਹਾ ਜਿਹਾ ਮਾੜਾ ਆ, ਉਸ ਸਿਰੇ ਜਾ ਕੇ ਇਸ ਪਾਸੇ ਠੀਕ ਆ ਲੰਘਾ, ਅਤੇ ਦੇਖਦੇ ਹੁਣ ਕਿੱਦਾਂ ਚੱਕਦੇ ਹਾਂ ਨਾ। ਅਤੇ ਬਾਕੀ ਹੁਣ ਤੁਹਾਨੂੰ ਮਿਲਦਾ ਬਾਅਦ 'ਚ, ਟਰਾਲੀ ਦੂਜੀ ਫੋਨ ਕਰਦਾ ਦੂਜੇ ਬੰਦੇ ਨੂੰ ਵੀ ਟਰਾਲੀ ਲਿਆਵੇ, ਅਤੇ ਮਤਲਬ 2 ਗੇੜੇ ਲਾ ਕੇ ਭਰ ਜਾਣੀ ਇਸ ਪਾਸੋਂ। ਤਾਂ ਮੈਂ ਹੁਣ ਆਇਆ ਸੀ ਚਾਚੂ ਪੀ ਕੇ, ਦੂਜੇ ਬੰਦੇ ਨੂੰ ਬਿਠਾਇਆ ਹੋਇਆ ਟਰੈਕਟਰ 'ਤੇ ਨਾ, ਅਤੇ 6ਵੀਂ ਟਰਾਲੀ ਲਾ ਦਿੱਤੀ ਆ, ਹੋ ਗਏ ਤਾਂ ਦਿਖਾਉਣਾ ਮੈਂ ਟਾਈਮ। ਅਤੇ ਦੇਖੋ 1 ਮਿੰਟ, 1:32, 5 ਮਿੰਟ ਹੋ ਗਏ ਟਰਾਲੀ ਲਾਈ ਨੂੰ, ਅਤੇ 5 ਮਿੰਟ ਲਾ ਲਓ ਹੋ ਗਿਆ ਲਾਈ ਨੂੰ, ਤਾਂ ਦਿਖਾਉਣਾ ਬਾਅਦ 'ਚ ਕਿੰਨੇ ਚਿਰ ਭਰਦੀ ਆ ਟਰਾਲੀ। ਅਤੇ ਲੰਘਾ ਹੁਣ ਸੁੱਕਾ ਹੁਣ ਮਿਲਿਆ, ਹੁਣ ਟੱਕਰਿਆ ਨਾ ਵਧੀਆ ਯਾਰ, ਮਸ਼ੀਨ ਵੀ ਟਰੈਕਟਰ ਵੀ ਸਾਰਾ ਕੁਛ ਸੁੱਕਾ ਆ, ਨਹੀਂ ਪਹਿਲਾਂ ਤੰਗ ਹੋਏ ਪਏ ਸੀਗੇ ਨਾ ਕੱਚ ਦੇ ਕੇ। ਅਤੇ ਦੇਖਦੇ ਹੁਣ ਮੁੰਡਾ ਸਾਡਾ ਨਵਾਂ ਬਿਠਾਇਆ ਕਿੰਨੇ ਚਿਰ 'ਚ ਭਰਦਾ ਆ, ਲੱਗਿਆ ਹੋਇਆ ਭਰਨਾ। ਟਰਾਲੀ ਚਲੋ ਮੈਂ ਦਿਖਾਉਣਾ ਭੁੱਲ ਗਿਆ ਜੀ, ਥੋੜ੍ਹਾ ਸੈੱਟ ਕਰਨ ਲੱਗ ਗਿਆ ਸੀਗਾ, ਦੂਜੀ ਲੈਂਕ ਥੋੜ੍ਹੀ ਢਿੱਲੀ ਹੋ ਗਈ ਸੀਗੀ, ਸੈੱਟ ਕਰਨ ਲੱਗ ਗਿਆ ਨਾ, ਭੁੱਲ ਗਿਆ ਟਾਈਮ ਦਿਖਾਉਣਾ। ਅਤੇ ਟਰਾਲੀ ਭਰੀ ਆ 36 ਮਿੰਟਾਂ 'ਚ, 36-38 ਮਿੰਟਾਂ 'ਚ ਭਰ ਗਈ ਆ, ਅਤੇ ਦਿਖਾਉਣਾ ਭੁੱਲ ਗਿਆ ਭਰਾ। ਅਤੇ ਹੁਣ ਲਾ ਲਓ ਵੀ ਗੇੜਾ ਕੱਢਿਆ ਹੀ ਆ, ਮਸ਼ੀਨ ਪਹੁੰਚ ਗਈ ਹੈ ਨਾ, ਦੂਜਾ ਗੇੜਾ ਲਈ ਜਾਂਦੀ ਆ, ਅਤੇ 36 ਮਿੰਟਾਂ 'ਚ ਲਾ ਲਓ ਭਰ ਗਈ, 36-38 ਲਾ ਲਓ, ਇੰਨੇ ਕੁ ਲੈਣੇ 40 ਤੋਂ ਲੈ ਕੇ 35 ਮਿੰਟ, ਥੋੜ੍ਹੀ ਜਿਹੀ ਧੁੱਪ ਹੋ ਗਈ 30 ਮਿੰਟਾਂ 'ਚ ਆ ਜੂਗੀ ਘੱਟ ਤੋਂ ਘੱਟ, ਹੈ ਨਾ। ਅਤੇ ਠੰਡਾ ਮੌਸਮ ਆ, ਉਹਦਾ ਲਾਂਘਾ ਸੁੱਕਾ ਆ ਠੀਕ ਆ, ਅਤੇ ਤਾਂ ਕਰਕੇ ਲਾ ਲਓ 30 ਮਿੰਟਾਂ 'ਚ 35 ਮਿੰਟਾਂ 'ਚ ਟਰਾਲੀ ਭਰੀ ਜਾਂਦੀ ਆ। ਅਤੇ ਹੁਣ ਟਰਾਲੀ ਤਾਰਨੀ, ਸਵੇਰੇ ਲਾਈ ਸੀ 10:10 ਮਸ਼ੀਨ, ਅਤੇ ਲਾ ਲਓ ਵੀ ਹਲੇ 1 ਵਜਿਆ 1:15, ਅਤੇ 6ਵੀਂ ਟਰਾਲੀ ਭਰਤੀ ਆ, ਲਾ ਲਓ ਕਿੰਨੇ ਟਾਈਮ 'ਚ ਭਰਤੀ ਰਹੀ ਨਾ, ਅੰਦਾਜ਼ਾ ਲਾ ਲਿਓ ਅਸੀਂ ਵੀ ਕਿੰਨੇ ਘੰਟੇ ਫਿਰ ਲਾਈ ਨੂੰ, ਹੈ ਨਾ। ਅਤੇ ਕੋਈ 5-10 ਮਿੰਟ ਉੱਪਰ, ਕੋਈ 5-10 ਮਿੰਟ ਘੱਟ ਟਰਾਲੀ ਦਾ ਨਾ ਫਰਕ ਹੋ ਜਾਂਦਾ, ਲਾਂਘੇ 'ਤੇ ਫਰਕ ਹੋ ਜਾਂਦਾ ਹੌਲੇ ਭਰੇ ਦਾ। ਹੁਣ ਉਹ ਖੁੰਜਾ ਉਸ ਪਾਸੇ ਤਾਂ ਜਿੱਦਾਂ ਟਰੈਕਟਰ ਤੁਰੇ ਫਿਰਦਾ ਨਾ, ਉੱਥੇ ਦੇਖੋ ਟਰੈਕਟਰ ਚਾਲ ਦੇਖੋ, ਤੀਜੇ ਗੇਅਰ 'ਚ ਆ, ਤੀਜੇ ਲੋਹ 'ਚ, ਅਤੇ ਉੱਥੇ ਥੋੜ੍ਹਾ ਲਾਂਘਾ ਹਲਕਾ ਆ, ਅਤੇ ਟਰੈਕਟਰ ਭੱਜਿਆ ਫਿਰਦਾ ਉੱਦਾਂ ਦਾ ਵੀ ਉਸ ਪਾਸੇ ਜਾ ਕੇ, ਅਤੇ ਉਸ ਚੀਜ਼ ਦਾ ਫਰਕ ਵੀ ਹੋ ਜਾਂਦਾ ਨਾ, ਮਸ਼ੀਨ ਖਾਲੀ ਚੱਲਦੀ ਆ, ਨਹੀਂ ਕਿਤੇ ਮਸ਼ੀਨ ਭਰੀ ਚੱਲਣੀ ਹੈ ਨਾ, ਵੀ ਟਰਾਲੀ ਆਪੇ ਠੁਕਣੀ, ਹੋਰ ਟਾਈਮ ਕੱਢਣਾ। ਅਤੇ ਲਾ ਲਓ ਵੀ ਆਈ 35 ਤੋਂ ਲੈ ਕੇ 30 ਮਿੰਟ ਤੋਂ ਲੈ ਕੇ 35 ਮਿੰਟ ਤੱਕ ਨਾ, ਇੰਨਾ ਟਾਈਮ ਤਾਂ ਲੈਣਾ ਮਸ਼ੀਨ ਨੇ। ਅਤੇ ਚਲੋ ਹੁਣ ਬੈਠੇ ਆ ਮੁੰਡੇ, ਚਾਹ ਪਾਣੀ ਪੀ ਲਿਆ, ਰੋਟੀ ਪਾਣੀ ਖਾ ਲਿਆ ਇਹਨਾਂ ਨੇ ਨਾ, ਛੱਕ ਕੇ ਬਿਠਾ ਦੇ, ਮੈਂ ਕਿਹਾ ਹੁਣ ਧੱਕੀ ਚੱਲੋ ਕੰਮ ਨੂੰ ਹੁਣ ਅਸੀਂ, ਅਤੇ ਅੱਜ ਲਾਓ ਮੈਂ ਕਿਹਾ 20 ਟਰਾਲੀਆਂ ਟਪਾ ਦਿਓ, ਜਾਂ 20 ਪੱਕੀਆਂ ਪੱਕੀਆਂ 20 ਤੋਂ ਜਿੰਨੀ ਟੱਪਦੀ ਟਪਾਓ ਅੱਜ, ਮੈਂ ਕਿਹਾ ਅਤੇ ਮੌਸਮ ਰੱਬ ਸਾਥ ਦੇ ਦਿੱਤਾ, ਹੈ ਨਾ। ਅਤੇ ਦੇਖਦੇ ਹਾਂ ਅਤੇ ਕਿੰਨੇ ਚਿਰ 'ਚ ਕੰਮ ਨਿਬੜਦੇ ਹਾਂ, ਤੁਹਾਡੀ ਲੈਣ ਚੱਕਦੇ ਹਾਂ ਨਾ। ਅਤੇ ਇਸ ਤੋਂ ਬਾਅਦ ਅਗਲੀ ਲੈਣ ਆ ਉੱਪਰ ਵਾਲੀ, ਆਹ ਲੈਣ ਦੇ ਲਾ ਲਓ ਰਹਿ ਗਿਆ ਕੋਈ 1/2 ਕਿੱਲਾ, ਇਹਦੇ ਉੱਪਰ ਹੀ ਲੈਣਾ, ਉਹ ਚੱਕਾਂਗੇ ਪਹਿਲਾਂ, ਅਤੇ ਫਿਰ ਆਹ ਵਾਲੇ ਨਾਲ ਲੱਗਦੇ ਫਿਰ ਚੱਕਾਂਗੇ। ਇਹ ਚੱਕ ਕੇ ਅਤੇ ਲਾ ਲਓ ਵੀ ਜੇ ਚਾਚਾ ਮੰਨ ਗਿਆ ਤਾਂ ਫਿਰ 1 ਦਿਨ ਭਾਈ ਦੇ ਲਾ ਦਾਂਗੇ ਇੱਧਰ, ਹੈ ਨਾ। ਅਤੇ 1-2 ਦਿਨ ਭਾਈ ਦੇ ਉਹਨਾਂ ਭੰਗ ਭਰਾਉਣੇ ਆ, ਉਹਦੇ ਚੁਕਾ ਦਾਂਗੇ। ਚਲੋ ਮੈਂ ਮਰਾਉਣ ਆਇਆ ਸੀ ਪਵਾਉਣ ਹਵਾ, ਹੈ ਨਾ, ਆਹ ਫਿਲਟਰ 'ਚ ਆ ਮਰਾਉਣ ਆਇਆ ਸੀਗਾ,
ਮੈਂ ਫਿਲਟਰ ਚੇਂਜ ਕਰ ਦਿੰਦਾ ਹੁੰਦਾ ਮੈਂ ਦੁਪਹਿਰੋਂ ਬਾਅਦ ਜਾਂ ਦੁਪਹਿਰ ਨੂੰ ਸ਼ਾਮ ਜੀ ਨੂੰ ਹੈ ਨਾ 4 ਵਜੇ, ਅਤੇ ਉਹਦਾ ਟਰੈਕਟਰ ਥੋੜ੍ਹਾ ਸੌਖਾ ਹੋ ਜਾਂਦਾ। ਦੱਸੋ ਸਹੀ ਕਰਦਾ ਜਾਂ ਗਲਤ ਕਰਦਾ, ਕਮੈਂਟ ਕਰਕੇ ਜ਼ਰੂਰ ਦੱਸਿਓ ਹੈ ਨਾ ਮੈਨੂੰ। ਅਤੇ ਹੁਣ ਲਾਈਟ ਤੁਹਾਨੂੰ ਪਤਾ ਹੁੰਦੀ ਨਹੀਂ, ਅਤੇ ਸ਼ਾਮ ਨੂੰ ਹਾਂ ਮਰਵਾ ਕੇ ਲੈ ਜਾਣਾ ਇਹਦੇ ਵਿੱਚ, ਅਤੇ ਫਿਰ ਉਹ ਜਿਹੜਾ ਸ਼ਾਮ ਨੂੰ ਪੈ ਜਾਂਦਾ ਥੋੜ੍ਹਾ ਸਾਫ਼ ਹੀ ਹੁੰਦਾ ਆ, ਉਹ ਦੁਪਹਿਰ 'ਤੇ ਚਲਾ ਲਈਦਾ, ਦੁਪਹਿਰ ਬਾਅਦ ਫਿਰ ਬਦਲਦੀਦਾ, ਅਤੇ ਅਗਲੇ ਦਿਨ 'ਤੇ ਫਿਰ ਚੱਲ ਜਾਂਦਾ ਨਾ। ਅਤੇ ਐਂ ਕਰ ਲੈਂਦਾ ਸਰਕਲ, ਜਦੋਂ ਟਰੈਕਟਰ ਥੋੜ੍ਹਾ ਸੌਖਾ ਹੋ ਜਾਂਦਾ। ਹੁਣ ਹਾਂ ਮਰਾਉਣ ਆਇਆ ਸੀ ਮੈਂ, ਚੱਲ ਹਾਂ ਮਰਾ ਕੇ ਲੈ ਜਾਂਦੇ ਹਾਂ, ਬਰੀਕ ਬਰੀਕ ਜਿਹਾ ਘੱਟਾ ਬਹੁਤ ਹੁੰਦਾ ਇਹਦੇ ਵਿੱਚ। ਦੇਖੋ ਕਿੱਦਾਂ ਨਿਕਲਦੀ ਹੈ ਮਿੱਟੀ, ਇਹਦੇ ਵਿੱਚੋਂ ਭਰ ਜਾਂਦਾ, ਬਰੀਕ ਬਰੀਕ ਪਤਾ ਲੱਗਦਾ ਨਹੀਂ ਗਾ, ਅਤੇ ਤਾਂ ਕਰਕੇ ਪਤਾ ਨਹੀਂ ਲੱਗਦਾ। ਅਤੇ ਜਿਹੜੇ ਫਲੋਰ ਨਾ ਮਾਰਦੇ ਨਿਕਲਦੀ ਨਹੀਂ ਗਾ, ਬਰੀਕ ਬਰੀਕ ਬਹੁਤ ਨਿਕਲਦੀ ਹੈ ਇਹ 'ਚ, ਮੁੱਠੀ ਤਾਂ ਅੱਗੇ ਜਲ ਜੁੜੀ ਰੋਕ ਲੈਂਦੀ ਹੈ, ਪਰ ਬਰੀਕ ਬਰੀਕ ਜਾਂਦੀ ਨਹੀਂ, ਤਾਂ ਕਰਕੇ ਫਿਲਟਰ ਪਾਉਣਾ, ਟਰੈਕਟਰ ਥੋੜ੍ਹਾ ਸੌਖਾ ਹੋ ਜਾਂਦਾ ਵੀ ਕਿੱਦਾਂ ਮਿੱਟੀ ਨਿਕਲਣ ਲੱਗੀ ਇਹ 'ਚ। ਕੀ ਹਾਲ ਚਾਲ ਹੈ ਸਾਰਿਆਂ ਦਾ? ਅਤੇ ਮਸ਼ੀਨ ਚਾਲੂ ਕਰਤੀ, ਅਤੇ ਹੋ ਗਏ ਆ 2 ਮਿੰਟ ਚਾਲੂ ਕੀਤੀ ਨੂੰ। ਅਤੇ ਇੱਕ ਰਾਤੀ 2 ਟਰਾਲੀਆਂ ਭਰ ਕੇ ਚੱਲ ਗਏ ਸੀਗੇ, ਇੱਕ ਹੁਣ ਖਾਲੀ ਕਰੇ ਸੀ, ਖਾਲੀ ਕਰਕੇ ਇਹਦੇ ਵਿੱਚ ਪਾ ਲਿਆ ਨਾ ਮਸ਼ੀਨ ਦੇ, ਇੱਕ ਵਾਲੇ ਖਾਲੀ ਕਰਨ ਵਾਲੀ ਰਹਿੰਦੀ ਆ, ਉਹ ਖਾਲੀ ਕਰਕੇ ਆਊਗਾ ਬੰਦਾ ਆਪਣੇ ਵਾਲਾ ਦੂਜਾ। ਅਤੇ ਲਾ ਲਓ ਉਹਨਾਂ ਨੇ ਤੁਹਾਨੂੰ ਟਾਈਮ ਦਿਖਾਉਣਾ, ਟਾਈਮ ਨੋਟ ਕਰ ਲਿਓ, ਟਾਈਮ ਨੋਟ ਕਰ ਲਿਓ ਨਾ ਕਿੰਨੇ ਵਜੇ ਚਲਾਈ ਆ, 8:50 ਦੇ ਚਲਾਈ ਸੀਗੀ, ਮਿੰਟ ਕੀ ਹੋਇਆ ਚੱਲੀ ਨੂੰ ਹਲੇ। ਅਤੇ ਦੇਖ ਨਾਲ ਜਿਵੇਂ ਜਦ ਟਰਾਲੀ ਭਰ ਕੇ ਲਾਂਘਾ ਸੁੱਕਾ ਆਇਆ ਹੋਣਾ ਅੱਗੇ ਅੱਗੇ, ਹੁਣ ਕਿਉਂ ਹੁਣ ਧੁੱਪਾਂ ਨਿਕਲਣ ਲੱਗ ਗਈਆਂ, ਅਤੇ ਟਰੈਕਟਰ ਸੌਖਾ ਤੁਰੀ ਜਾਂਦਾ ਦੇਖੋ। ਅਤੇ ਹੁਣ ਮੈਂ ਕੀਤੀ ਆ ਬਾਈ ਜੀ 15:10 ਦੀ ਪੁਲੀ, ਇਹਦਾ ਨਾ ਫਰਕ ਆ ਜੀ, 41 F31 ਇਹਦੇ ਮਾਡਲ ਕਈ ਆਉਂਦੇ ਫਾਰਮ ਟਰੈਕ ਦੇ, ਤਾਂ ਕਰਕੇ ਹਰੇਕ ਦਾ ਪੁਲੀਆਂ ਦੇ ਚੱਕਰਾਂ ਦਾ ਫਰਕ ਆ। ਇਹਦੇ 15 ਦੀ ਸੈੱਟ ਆਈ ਹੈ, ਇਹਦੇ 15:10 ਦੀ, ਅਤੇ ਸੈੱਟ ਚੱਲਣ ਡਿਆ ਟਰੈਕਟਰ, ਤੇਲ ਵੀ ਵੱਧ ਤੋਂ ਵੱਧ 4 ਲੀਟਰ ਖਾਣ ਡਿਆ, 4.25 ਇੱਥੇ ਕੁ। ਅਤੇ ਪਹਿਲਾਂ ਚਲੋ ਐਵੇਂ ਕਹਿੰਦੇ ਪੁਲੀ ਨਹੀਂ ਸੈੱਟ ਦੀ, ਤੇਲ ਬਹੁਤ ਖਾਂਦਾ ਟਰੈਕਟਰ, ਹੁਣ ਮਤਲਬ ਸੈੱਟ ਹੋ ਗਿਆ। ਅਤੇ ਬਾਕੀ ਅੱਜ ਦੇਖਦੇ ਹਾਂ, ਕੱਲ੍ਹ 17 ਕੇ ਬਣਾਈਆਂ ਕੁਛ ਲੱਗੇ ਲੇਟ ਸੀਗੇ, ਅੱਜ ਲੱਗੀਆਂ ਲਾ ਲਓ 8:45 ਲਾ ਲਓ ਹੈ ਨਾ, 8:50 'ਤੇ, ਅਤੇ ਦੇਖਦੇ ਕਿੰਨੀਆਂ ਬਣਦੀਆਂ ਸ਼ਾਮ 'ਤੇ। ਟਰਾਲੀ ਭਰ ਗਈ ਆ, ਅਤੇ ਮਸ਼ੀਨ ਵਿੱਚੋਂ 5-7 ਮਿੰਟ ਰੋਕ 10 ਮਿੰਟ ਰੋਕਣੀ ਪੈ ਗਈ ਸੀਗੀ, ਉਹ ਦੂਜਾ ਪਿੱਛੇ ਨਾ ਡਾਲਾ ਸੀ ਟਰਾਲੀ ਦਾ, ਥੋੜ੍ਹਾ ਤੂੜੀ ਆਉਂਦੀ ਕਰਕੇ, ਅਤੇ ਉਹ ਸੈੱਟ ਕੀਤਾ ਨਾ ਮੈਂ, ਉਦੋਂ ਵੀਡੀਓ ਬਣਾਉਣੀ ਭੁੱਲ ਗਿਆ ਮੈਂ, ਅਤੇ 10 ਮਿੰਟ ਉਹ ਕੱਟ ਲਿਓ ਹੈ ਨਾ। ਅਤੇ ਮੈਂ ਉਦੋਂ ਮੈਂ ਵੀਡੀਓ 'ਚ ਟਾਈਮ ਦੱਸਣ ਲੱਗਦਾ, ਅਤੇ ਫਿਰ ਕੋਈ ਨਾ ਕੋਈ ਦਿੱਕਤ ਹੋ ਜਾਂਦੀ ਆ, ਦਿਖਾਉਣਾ ਹੁਣ ਕਿੰਨੇ ਟਾਈਮ 'ਚ ਭਰੀ ਆ ਨਾ। 9:36 ਹੋਏ ਆ, ਲਾ ਲਓ ਟਾਈਮ, ਤੁਸੀਂ ਟਾਈਮ ਟੋਟਲ ਕਰ ਲਿਓ ਕਿੰਨਾ ਹੈ ਸਾਰਾ। ਖਾਲੀ ਕਰਕੇ ਨਹੀਂ ਪਹੁੰਚਿਆ, ਜਿਹੜਾ ਆਪਣਾ ਬੰਦਾ ਰੱਖਿਆ ਸੀ ਉਹ ਸਮਾਨ ਸੋਤਾ ਚੱਲ ਗਿਆ।
ਇਹ ਹੁਣ ਪਹੁੰਚਿਆ ਹੁੰਦਾ ਲੈ ਕੇ, ਨਾ ਮੇਰੇ ਕੋਲ ਇਹਦਾ ਨੰਬਰ, ਇਹਦਾ 15 ਮਿੰਟ ਖਰਾਬ ਕਰਾਤੇ ਨੇ, ਮਸ਼ੀਨ ਰੋਕ ਰੱਖ ਕੇ ਦੁਬਾਰਾ ਸਾਫ਼ ਵੀ ਕਰਤੀ ਅਸੀਂ। ਆਉਣੇ ਹੁਣ ਕਹਿੰਦਾ ਮੈਂ ਥੋੜ੍ਹਾ ਕੰਮ 'ਤੇ ਰਹਿ ਗਿਆ, ਬੰਦਾ ਸਹੀ ਦੇ ਕੇ ਜਾਇਆ ਕਰ। ਮੈਂ ਚੱਲਿਆ ਸੀ ਘਰੇ, ਮੈਂ ਰੋਟੀ ਖਾਇਆ ਵਾ, 11:30 ਉਹ ਚੱਲੇ ਆ, ਅਤੇ ਇੱਕ ਡਰਾਈਵਰ ਨੇ ਖਵਾ ਦਿੱਤੀ। ਹੁਣ ਦੂਜਾ ਆਇਆ ਸੀਗਾ, ਮੈਂ ਚਲੋ ਉੱਥੇ ਟਰਾਲੀ ਪਾ ਲਾ, ਉਹ ਤੋਂ ਬਾਅਦ ਮੈਂ ਤੂੰ ਖਾ ਲਈ। ਕੀ ਹਾਲ ਹੈ? ਠੀਕ ਆ, ਆ ਗਏ? ਆ ਗਏ ਪਾਓ ਰੋਟੀ। ਆਉਂਦੇ ਹਾਂ, ਤੁਹਾਡੇ ਲਈ ਇੱਕ ਸਰਪ੍ਰਾਈਜ਼ ਪਲਾਨ ਕੀਤਾ ਮੈਂ। ਇੱਕ ਹੈਗਾ ਆ ਛੋਟਾ ਜਿਹਾ ਸਰਪ੍ਰਾਈਜ਼, ਆ ਜਾਓ ਦਿਖਾਵਾਂ। ਆ ਚੱਕੋ ਹੌਲੀ ਹੌਲੀ। ਉਹ ਤੇਰੇ ਨੂੰ ਕੇਕ ਬਣਾਇਆ? ਹਾਂਜੀ। ਥੈਂਕ ਯੂ ਸਰਪ੍ਰਾਈਜ਼ ਇੰਨਾ ਵਧੀਆ ਹੈ। ਲੈ ਸੋਹਣਾ, ਬਹੁਤ ਸੋਹਣਾ ਘਰੇ ਤਿਆਰ ਕਰਤਾ ਹੈ। ਔਰ ਦੇਸੀ ਕੇਕ ਹੈ? ਦੇਸੀ ਕੇਕ ਹੈ। ਡੈਡੀ ਜੀ ਵੀ ਆਏ ਸੀ ਰੋਟੀ ਖਾਣ, ਉਦੋਂ ਦੇਖਦੇ ਸੀ। ਹੈਪੀ ਬਰਥਡੇ ਸ਼ਰਦਾ ਜੀ। ਡੈਡੀ ਕਹਿੰਦੇ ਫਿਰ ਤਾਂ ਰਾਤ ਨੂੰ 12 ਵਜੇ ਕੱਟਣਾ ਚਾਹੀਦਾ, ਕੱਲ ਨੂੰ 13 ਤਾਂ ਹੈਗਾ ਹੀ ਆ। ਚਲ ਥੈਂਕ ਯੂ। ਕਿੱਦਾਂ ਲੱਗਾ? ਸੋਹਣਾ ਲੱਗਾ। ਮੈਨੂੰ ਤਾਂ ਪਤਾ ਨਹੀਂ ਸੀਗਾ ਵੀ ਕੇਕ ਬਣਾਈ ਬੈਠੀ ਹੈ ਨਾ, ਅਤੇ ਚਲੋ ਸਰਪ੍ਰਾਈਜ਼ ਹੋ ਗਿਆ। ਅਤੇ ਹੁਣ ਕੇਕ ਕੱਟਾਂਗੇ ਚੱਲ ਕੇ ਨਾ, ਸ਼ਾਇਦ ਡੈਡੀ ਆਏ ਤਾਂ ਕੱਟ ਲਈਏ, ਅਤੇ ਮੰਮੀ ਆ ਗਈ ਆ। ਮਤਾ ਕੇਕ ਬਣਾਈ ਬੈਠੀ ਸੀ, ਮੇਰੇ ਪੁੱਤ ਦਾ ਜਨਮ ਦਿਨ ਸਿੱਧਾ। ਚਲੋ ਜੀ, ਜਾਂ ਤਾਂ ਹੁਣ ਕੱਟਦੇ ਹਾਂ ਜਾਂ ਫਿਰ ਡੈਡੀ ਆਏ ਤਾਂ, ਡੈਡੀ ਵੀ ਆਉਣ ਵਾਲੇ ਹੀ ਆ।